ਬਾਲੀਵੁੱਡ ਕੁਈਨ ਦੀਪਿਕਾ ਪਾਦੂਕੋਣ ਨੇ ਲੰਡਨ ਦੇ ਮੈਡਮ ਤੁਸ਼ਾਦ ਮਿਊਜ਼ੀਅਮ ਦੇ ਵਿੱਚ ਵੀਰਵਾਰ ਨੂੰ ਆਪਣੇ ਵੈਕਸ ਸਟੈਚੂ ਦਾ ਉਦਘਾਟਨ ਕੀਤਾ। ਇਸ ਦੇ ਲਈ ਦੀਪਿਕਾ ਆਪਣੇ ਪਰਿਵਾਰ ਦੇ ਨਾਲ ਲੰਡਨ ਪਹੁੰਚੀ ਸੀ। ਸਾਰਿਆਂ ਨੇ ਸਟੈਚੂ ਦੇ ਨਾਲ ਪੋਜ਼ ਵੀ ਦਿੱਤੇ। ਰਣਵੀਰ ਸਿੰਘ ਨੇ ਜਦੋਂ ਦੀਪਿਕਾ ਦਾ ਵੈਕਸ ਸਟੈਚੂ ਦੇਖਿਆ ਤਾਂ ਦੇਖਦੇ ਹੀ ਰਹਿ ਗਏ। ਇੰਨਾ ਹੀ ਨਹੀਂ, ਉਹਨਾਂ ਨੇ ਸਟੈਚੂ ਨੂੰ ਕਿਸ ਕਰਨ ਦੀ ਵੀ ਕੋਸ਼ਿਸ਼ ਕੀਤੀ। ਰਣਵੀਰ ਸਿੰਘ ਨੇ ਸਟੈਚੂ ਨੂੰ ਆਪਣੇ ਨਾਲ ਘਰ ਲੈ ਜਾਣ ਦੀ ਵੀ ਗੱਲ ਕਹੀ। What do you say? What do you have to say? I think I should read Madame Tussauds and take her home. Yeah. Take her home. What do you say? What do you have to say? I think I should read Madame Tussauds and take her home. Yeah. ਵੀਰਵਾਰ ਨੂੰ ਦੀਪਿਕਾ ਪਾਦੂਕੋਣ ਦਾ ਪੂਰਾ ਪਰਿਵਾਰ ਮੈਡਮ ਤੁਸ਼ਾਦ ਮਿਊਜ਼ੀਅਮ ਦੇ ਵਿੱਚ ਉਸਦੇ ਨਾਲ ਵੈਕਸ ਸਟੈਚੂ ਦਾ ਉਦਘਾਟਨ ਕਰਨ ਪਹੁੰਚਿਆ। ਦੀਪਿਕਾ ਨੇ ਇਸਦਾ ਵੀਡੀਓ ਵੀ ਬਣਾਇਆ ਤੇ ਦੀਪਿਕਾ ਪਾਦੂਕੋਣ ਨੇ ਇਸ ਈਵੈਂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ। ਤੁਸੀਂ ਇੱਕ ਵਾਰ ਇਹਨਾਂ ਵੀਡੀਓਜ਼ ਵੱਲ ਨਜ਼ਰ ਮਾਰ ਲਵੋ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।